20 ਕੁਇੰਟਲ ਨਸ਼ਾ ਭਰ ਕੇ ਟਰੱਕ ਲੈ ਜਾ ਰਿਹਾ ਸੀ ਤਸਕਰ। ਪੁਲਿਸ ਨੇ ਟਰੱਕ ਕਾਬੂ ਕਰ ਉਤਾਰਿਆ ਸਾਰਾ ਨਸ਼ਾ। ਵੇਖੋ ਕਿਵੇਂ ਮੌਕੇ ਤੇ ਉਤਰੀਆਂ ਨਸ਼ੇ ਦੀਆਂ ਬੋਰੀਆਂ ਹੀ ਬੋਰੀਆਂ। ਤਾਂ ਦੱਸ ਦੇ ਕਿ ਪੁਲਿਸ ਨੂੰ ਵੱਡੀ ਸਫਲਤਾ ਲੱਗੀ ਹੈ, ਜਿੱਥੇ ਉਹਨਾਂ ਦੇ ਵੱਲੋਂ ਇੱਕ ਟਰੱਕ ਨੂੰ ਰੋਕਿਆ ਗਿਆ ਜਿਸ ਦੇ ਵਿੱਚ 20 ਕੁਇੰਟਲ ਤੋਂ ਵੀ ਵੱਧ ਨਸ਼ਾ ਸੀ। ਤਾਂ ਜਦ ਪੁਲਿਸ ਨੇ ਟਰੱਕ ਖਾਲੀ ਕੀਤਾ ਤਾਂ ਮੌਕੇ ਤੋਂ ਨਸ਼ੇ ਦੀਆਂ ਬੋਰੀਆਂ ਹੀ ਬੋਰੀਆਂ ਉਤਰੀਆਂ ਨੇ। ਤਾਂ ਵੇਖ ਸਕਦੇ ਹੋ ਕਿੰਨਾ ਨਸ਼ਾ ਇਸ ਦੇ ਵਿੱਚ ਭਰਿਆ ਹੋਇਆ ਸੀ। ਤਾਂ ਮਿਲੀ ਜਾਣਕਾਰੀ ਅਨੁਸਾਰ ਇਸ ਟਰੱਕ ਦੇ ਵਿੱਚ ਕਰੀਬ 1 ਕਰੋੜ ਦਾ ਨਸ਼ਾ ਸੀ ਅਤੇ ਪੁਲਿਸ ਦੇ ਵੱਲੋਂ ਇਸ ਤਸਕਰ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ। ਤਾਂ ਮਿਲੀ ਜਾਣਕਾਰੀ ਅਨੁਸਾਰ ਇਹ ਟਰੱਕ ਝਾਰਖੰਡ ਤੋਂ ਆਇਆ ਸੀ ਤੇ ਗੰਗਾ ਨਗਰ ਦੇ ਵਿੱਚ ਇਸ ਦੇ ਵੱਲੋਂ ਨਸ਼ਾ ਸਪਲਾਈ ਕੀਤਾ ਜਾਣਾ ਸੀ। ਤਾਂ ਪਹਿਲਾਂ ਹੀ ਪੁਲਿਸ ਦੇ ਹੱਥ ਇਹ ਟਰੱਕ ਲੱਗ ਜਾਂਦਾ ਹੈ ਤੇ ਤਲਾਸ਼ੀ ਦੇ ਦੌਰਾਨ ਇਸ ਦੇ ਵਿੱਚੋਂ 20 ਕੁਇੰਟਲ ਚੂਰਾ ਪੋਸਤ ਮਿਲਦੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਸਾਰਾ ਨਸ਼ਾ ਕਬਜ਼ੇ ਦੇ ਵਿੱਚ ਲੈ ਲਿਆ। ਤਾਂ ਦੱਸ ਦੇ ਕਿ ਮਾਮਲਾ ਸਿਰਸਾ ਤੋਂ ਸਾਹਮਣੇ ਆਇਆ, ਜਿੱਥੇ ਸਿਰਸਾ ਦੇ ਵਿੱਚ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਗਿਆ ਸੀ। ਤਾਂ ਨਾਕੇ ਦੌਰਾਨ ਉਹਨਾਂ ਦੇ ਵੱਲੋਂ ਇਸ ਟਰੱਕ ਦੀ ਤਲਾਸ਼ੀ ਲਈ ਗਈ। ਜਦ ਤਲਾਸ਼ੀ ਲਈ ਗਈ ਤਾਂ ਇਹ ਟਰੱਕ ਚੂਰਾ ਪੋਸਤ ਦੇ ਨਾਲ ਭਰਿਆ ਹੋਇਆ ਸੀ, ਜਿਸ ਦੇ ਵਿੱਚ 2200 ਕਿਲੋ ਯਾਨੀ ਕਿ 20 ਕੁਇੰਟਲ ਤੋਂ ਵੀ ਵੱਧ ਇਸ ਦੇ ਵਿੱਚ ਨਸ਼ਾ ਪਿਆ ਸੀ। ਤਾਂ ਮੌਕੇ ਤੇ ਪੁਲਿਸ ਦੇ ਵੱਲੋਂ ਸਾਰਾ ਨਸ਼ਾ ਬਰਾਮਦ ਕਰ ਲਿਆ ਗਿਆ। ਦੱਸ ਦਈਏ ਕਿ ਇਸ ਨਸ਼ੇ ਦੀ ਕੀਮਤ 1 ਕਰੋੜ ਤੋਂ ਵੀ ਵੱਧ ਹੈ। ਤਾਂ ਕਰੋੜਾਂ ਦੀ ਕੀਮਤ ਦਾ ਇਹ ਨਸ਼ਾ ਸੀ ਤੇ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਕਿੰਨਾ ਨਸ਼ਾ ਇਸ ਦੇ ਵਿੱਚ ਭਰਿਆ ਹੋਇਆ ਸੀ। ਤਾਂ ਮਿਲੀ ਜਾਣਕਾਰੀ ਅਨੁਸਾਰ ਇਸ ਟਰੱਕ ਦੇ ਵਿੱਚ ਕਰੀਬ 1 ਕਰੋੜ ਦਾ ਨਸ਼ਾ ਸੀ ਅਤੇ ਪੁਲਿਸ ਦੇ ਵੱਲੋਂ ਇਸ ਤਸਕਰ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ। ਤਾਂ ਮਿਲੀ ਜਾਣਕਾਰੀ ਅਨੁਸਾਰ ਇਹ ਟਰੱਕ ਝਾਰਖੰਡ ਤੋਂ ਆਇਆ ਸੀ ਤੇ ਗੰਗਾ ਨਗਰ ਦੇ ਵਿੱਚ ਇਸ ਦੇ ਵੱਲੋਂ ਨਸ਼ਾ ਸਪਲਾਈ ਕੀਤਾ ਜਾਣਾ ਸੀ। ਤਾਂ ਪਹਿਲਾਂ ਹੀ ਪੁਲਿਸ ਦੇ ਹੱਥ ਇਹ ਟਰੱਕ ਲੱਗ ਜਾਂਦਾ ਹੈ ਤੇ ਤਲਾਸ਼ੀ ਦੇ ਦੌਰਾਨ ਇਸ ਦੇ ਵਿੱਚੋਂ 20 ਕੁਇੰਟਲ ਚੂਰਾ ਪੋਸਤ ਮਿਲਦੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਸਾਰਾ ਨਸ਼ਾ ਕਬਜ਼ੇ ਦੇ ਵਿੱਚ ਲੈ ਲਿਆ। ਤਾਂ ਦੱਸ ਦਈਏ ਕਿ ਮਾਮਲਾ ਸਿਰਸਾ ਤੋਂ ਸਾਹਮਣੇ ਆਇਆ, ਜਿੱਥੇ ਸਿਰਸਾ ਦੇ ਵਿੱਚ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਗਿਆ ਸੀ। ਤਾਂ ਨਾਕੇ ਦੌਰਾਨ ਉਹਨਾਂ ਦੇ ਵੱਲੋਂ ਇਸ ਟਰੱਕ ਦੀ ਤਲਾਸ਼ੀ ਲਈ ਗਈ। ਜਦ ਤਲਾਸ਼ੀ ਲਈ ਗਈ ਤਾਂ ਇਹ ਟਰੱਕ ਚੂਰਾ ਪੋਸਤ ਦੇ ਨਾਲ ਭਰਿਆ ਹੋਇਆ ਸੀ, ਜਿਸ ਦੇ ਵਿੱਚ 2200 ਕਿਲੋ ਯਾਨੀ ਕਿ 20 ਕੁਇੰਟਲ ਤੋਂ ਵੀ ਵੱਧ ਇਸ ਦੇ ਵਿੱਚ ਨਸ਼ਾ ਪਿਆ ਸੀ। ਤਾਂ ਮੌਕੇ ਤੇ ਪੁਲਿਸ ਦੇ ਵੱਲੋਂ ਸਾਰਾ ਨਸ਼ਾ ਬਰਾਮਦ ਕਰ ਲਿਆ ਗਿਆ। ਦੱਸ ਦਈਏ ਕਿ ਇਸ ਨਸ਼ੇ ਦੀ ਕੀਮਤ 1 ਕਰੋੜ ਤੋਂ ਵੀ ਵੱਧ ਹੈ। ਤਾਂ ਕਰੋੜਾਂ ਦੀ ਕੀਮਤ ਦਾ ਇਹ ਨਸ਼ਾ ਸੀ ਤੇ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ।